ਦੇਖੋ ਜੀ, ਜਿਹੜਾ 16/11/2014 ਦਾ ਕੋਈ ਇਹਨਾਂ ਦੇ ਖਿਲਾਫ਼ ਪਰਚਾ ਵਗੀਸ਼ ਕੁਮਾਰ ਅਤੇ ਗੁਰਵਿੰਦਰ ਜਿਹੜੇ ਦੋ ਲੜਕੇ ਸੀ ਉਹਨਾਂ ਦੇ ਖਿਲਾਫ਼ NDPS ਦਾ ਦਰਜ ਹੋਇਆ ਸੀਗਾ। ਉਹਨਾਂ ਦੇ ਪੇਰੈਂਟਸ ਨੇ ਆ ਕੇ ਮੈਨੂੰ ਅਪਰੋਚ ਕੀਤਾ ਕਿ ਜੀ ਇਸ ਤਰ੍ਹਾਂ ਸਾਡੇ ਲੜਕਿਆਂ ਦੇ ਝੂਠਾ ਮੁਕੱਦਮਾ ਪਾਇਆ ਅਤੇ ਉਹ ਜੇਲ੍ਹ ਦੇ ਵਿੱਚ ਹੈ। ਤਾਂ ਫਿਰ ਮੈਂ ਉਹਨਾਂ ਕੋਲੋਂ ਜੋ ਕਾਗਜ਼ ਪੱਤਰ ਲੈ ਕੇ ਅੰਦਰੋਂ ਕਾਗਜ਼ ਦੇਖ ਕੇ ਉਹਨਾਂ ਦੀਆਂ ਪਾਵਰ ਅਟੋਰਨੀਆਂ ਲੈ ਕੇ ਉਹਨਾਂ ਲੜਕਿਆਂ ਨੂੰ ਮੈਂ ਮਿਲਿਆ, ਤਾਂ ਉਹਨਾਂ ਲੜਕਿਆਂ ਨੇ ਮੈਨੂੰ ਦੱਸਿਆ ਕਿ ਜੀ ਅਸੀਂ ਤਾਂ ਗਰੀਬ ਆਦਮੀ ਹੈ ਅਤੇ ਅਸੀਂ ਟਿਸ਼ੂ ਬਣਾਉਣ ਦਾ ਕੰਮ ਕਰਦੇ ਹਾਂ ਮੁਕਤਸਰ ਦੇ ਵਿੱਚ। ਇਨਫੈਕਟ ਅਸੀਂ ਉਹਦਾ ਔਰਡਰ ਲੈਣ ਵਾਸਤੇ ਹਬੂਰ ਅਤੇ ਗੰਗਾ ਨਗਰ ਗਏ ਸੀ ਅਤੇ ਮੋਟਰਸਾਈਕਲ 'ਤੇ ਗਏ ਸੀ। ਅਸੀਂ ਵਾਪਸ ਆ ਰਹੇ ਸੀ, ਅਜਮੇਰ ਸਿੰਘ ਹੌਲਦਾਰ ਅਤੇ ਇੱਕ ਕੋਈ ਉਹਨਾਂ ਨਾਲ ਹੋਮਗਾਰਡ ਦਾ ਜਵਾਨ ਸੀ, ਦੋਨਾਂ ਨੇ ਨਾਕਾ ਲਾਇਆ ਸੀ ਅਤੇ ਸਾਨੂੰ ਰੋਕਿਆ। ਕਹਿੰਦੇ ਵੀ ਕਾਗਜ਼ ਸਾਡੇ ਕੋਲ ਹੈ ਨਹੀਂ ਸੀ, ਜਿਹੜਾ ਮੋਟਰਸਾਈਕਲ ਹੈ ਉਹ ਉਹਦੇ ਭਰਾ ਦਾ ਸੀ ਜਿਹੜਾ ਕਿ ਕਪਿਲ ਸ਼ਰਮਾ ਪ੍ਰਿੰਸੀਪਲ ਹੈ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਕਲਾਂ ਦੇ ਵਿੱਚ। ਤਾਂ ਉਹ ਜੋ ਤਲਾਸ਼ੀ ਲਈ ਇਹਨਾਂ ਕੋਲੋਂ ਕੁਛ ਪਰਸ ਨਿਕਲਿਆ, ਉਹਦੇ 'ਚ 3000 ਰੁਪਈਆ ਸੀ ਵਗੇਸ਼ ਸ਼ਰਮਾ ਦੇ, ਉਹ ਤਾਂ ਉਹਨੇ ਲੈ ਲਿਆ ਅਤੇ ਨਾਲ ATM ਸੀ। ਉਹ ਕਹਿੰਦਾ ਨਹੀਂ ਵੀ ਤੁਸੀਂ ਤਾਂ ਇੱਧਰੋਂ ਆਏ ਹਾਂ, ਰਾਜਸਥਾਨ 'ਚੋਂ ਆਏ, ਹਰਿਆਣੇ 'ਚੋਂ ਆਏ ਹੈ ਅਤੇ ਬੰਦੇ ਸ਼ੱਕੀ ਹੈ ਅਤੇ ਮੈਂ ਥਾਣੇ ਲਿਜਾਂਦਾ ਅਤੇ ਤੁਹਾਡੇ 'ਤੇ ਤਾਂ ਅਸੀਂ ਕੇਸ ਪਾਵਾਂਗੇ, ਮੈਂ ਨਹੀਂ ਛੱਡਦਾ ਗਾ। ਤਾਂ ਉਹਨਾਂ ਨੇ ਬੜਾ ਮਿੰਤਰਲਾ ਕੀਤਾ, ਉਹ ਕਹਿੰਦੇ ਸਾਡੇ ਕੋਲ ਪੈਸੇ ਨਹੀਂ। ਉਹ ਕਹਿੰਦੇ ਚੰਗਾ ਤੇਰੇ ਕੋਲ ATM ਕਾਰਡ ਹੈ ਅਤੇ ਇਹ ਚਲਾ ਕੇ ਵੇਖ, ਜਿੰਨੇ ਹੈ ਮੈਨੂੰ ਦੇ ਦੇ। ਉੱਥੋਂ ਇਹ ਲੈ ਗਏ ਕਿਉਂਕਿ ਉਹ ਪੰਜਾਬ ਨੈਸ਼ਨਲ ਬੈਂਕ ਦਾ ATM ਸੀਗਾ ਅਤੇ ਲੰਬੀ ਥਾਣੇ ਦੇ ਕੋਲ ਇੱਕ, ਉਹ ਕਹਿੰਦੇ ਵੀ ਸਾਡੇ ਉੱਥੇ ATM ਪੰਜਾਬ ਨੈਸ਼ਨਲ ਬੈਂਕ ਦਾ ਅਤੇ ਉੱਥੇ ਚੱਲ। ਉਹ ਜਦੋਂ ਉੱਥੇ ਜਾ ਕੇ ਉਹ ਘਬਰਾਇਆ ਸੀ, ਜਦੋਂ ਸੁਖਦੇਵ ਵੀ ਅੰਦਰ ਗਿਆ, ਹੋਮਗਾਰਡ ਵਾਲਾ ਬਾਹਰ ਖੜੋ ਗਿਆ ਅਤੇ ਦੋਵੇਂ ਮੁਲਜ਼ਮ ਉਹਦੇ ਉਹ ਕਿਤੇ ਉਹ ਤੋਂ ਘਬਰਾਏ ਹੋਏ ਤੋਂ ATM ਦਾ ਜਿਹੜਾ ਉਹ ਕੋਡ ਸੀਗਾ ਉਹ ਭੁੱਲ ਗਿਆ, ਜਲਦੀ ਲੱਗਿਆ ਨਾ ਉੱਥੇ, ਕੋਈ 5 ਮਿੰਟ ਲੱਗ ਗਏ। ਇਸ ਅਰਸੇ ਦੌਰਾਨ ਉੱਥੇ CC ਕੈਮਰੇ ਲੱਗੇ, ਉਹਨਾਂ ਦੋਨਾਂ ਦੀ ਫੋਟੋ ਅਤੇ ਗੱਲਬਾਤ ਆਉਂਦੀ ਰਹੀ। ਅਲਟੀਮੇਟਲੀ ਉਹ ਜਿਹੜਾ ਉਹ ਕੋਡ ਲੱਗ ਗਿਆ ਅਤੇ ਪੈਸੇ ਸਾਰੇ ਉੱਥੇ 3000 ਤੋਂ ਉੱਪਰ ਥੋੜ੍ਹੇ ਜਿਹੇ ਸੀਗੇ, 3000 ਰੁਪਈਆ ਉਹਨੇ ਜਿਹੜਾ ਉਹ ਮਤਲਬ ਉੱਥੋਂ ATM 'ਚ ਕੱਢ ਲਿਆ। ਕੱਢ ਕੇ ਅਤੇ ਉਹ ਕਹਿੰਦੇ ਜੀ ਅਸੀਂ ਤਾਂ 1,00,000 ਲਵਾਂਗੇ। ਉੱਥੋਂ ਥਾਣੇ ਲਿਆਏ, ਥਾਣੇ ਲਿਆ ਕੇ ਅਤੇ ਉਹ ਜਿਹੜਾ ਇਹਦਾ ਮੋਬਾਈਲ ਲਿਆ ਸੀਗਾ ਇਹ ਮੁਲਜ਼ਮ ਦਾ ਵਗੇਸ਼ ਸ਼ਰਮੇ ਦਾ, ਉਹ ਕਿਤੇ ਉਹਨੂੰ ਘਰਦਿਆਂ ਨੇ ਕਿਤੇ ਫੋਨ ਕੀਤਾ ਤਾਂ ਉਹ ਇਹ ਸੁਖਦੇਵ ਕੋਲ ਸੀ। ਸੁਖਦੇਵ ਨੇ ਫੋਨ ਚੱਕਿਆ ਅੱਗੋਂ, ਉਹ ਕਹਿੰਦੇ ਜੀ ਅਸੀਂ ਤੂੰ ਕੌਣ ਬੋਲਦੇ? ਉਹਨਾਂ ਦੱਸਿਆ ਅਸੀਂ ਉਹਦੇ ਰਿਸ਼ਤੇਦਾਰ ਬੋਲਦੇ ਹਾਂ ਵਗੇਸ਼ ਸ਼ਰਮੇ ਦੇ। ਤਾਂ ਉਹ ਕਹਿਣ ਲੱਗੇ ਕਿ ਵੀ ਅਸੀਂ ਪੁਲਿਸ ਨੇ ਤੁਹਾਨੂੰ ਉਹਨਾਂ ਨੂੰ ਫੜਿਆ ਹੋਇਆ, ਜੇ ਤੁਸੀਂ ਗੱਲ ਮੁਕਾਉਣੀ ਹੈ ਤਾਂ ਕੋਈ ਬੰਦਾ ਜ਼ਿੰਮੇਦਾਰ ਭੇਜੋ। ਅਗਲੇ ਦਿਨ ਫਿਰ ਉਹਦਾ ਬ੍ਰਦਰ ਜਿਹੜਾ ਪ੍ਰਿੰਸੀਪਲ ਹੈ ਕਪਿਲ ਸ਼ਰਮਾ, ਇੱਕ ਨੂੰ ਹੋਰ ਲੈ ਕੇ ਉੱਥੇ ਉਹ ਗਏ। ਤਾਂ ਉਹ ਕਹਿੰਦੇ ਜੀ ਇਹ ਤਾਂ ਹੁਣ ਅਜਮੇਰ ਸਿੰਘ ਦੇ ਨੋਟਸ 'ਚ ਆ ਗਿਆ, ਸੁਖਦੇਵ ਸਿੰਘ ਕਹਿੰਦਾ, ਅਤੇ 1,00,000 ਰੁਪਈਆ ਹੀ ਲੱਗੂਗਾ, ਨਹੀਂ ਕੇਸ ਪਾਵਾਂਗੇ ਅਸੀਂ। ਇਹਨੇ ਮਿੰਤਰ ਨਾਲ ਕੀਤਾ ਜੀ ਮੈਂ ਪ੍ਰਿੰਸੀਪਲ ਹਾਂ, ਗਰੀਬ ਬੰਦੇ ਹੈ, ਤੁਸੀਂ ਟਿਸ਼ੂ ਪੇਪਰ ਅਸੀਂ ਵੇਚਦੇ ਹਾਂ, ਕਿਹੜਾ ਕੋਈ ਇਹ ਵਪਾਰ ਕਰਦੇ ਹੈ? ਉਹ ਕਹਿੰਦੇ ਨਹੀਂ ਜੀ। ਉਹਨੇ ਮਿੰਤਰਲਾ ਕਰਨ 'ਤੇ ਪ੍ਰਿੰਸੀਪਲ ਦੇ ਮੋਟਰਸਾਈਕਲ ਛੱਡਤਾ, ਉਹਦਾ ਪਰਸ ਦੇਤਾ, ਕੇਸ ਤਾਂ ਅਸੀਂ ਪਾਵਾਂਗੇ ਕੇਸ। ਫਿਰ ਇਹਨਾਂ ਨੇ ਇਹ ਜਦੋਂ ਕਿ ਫੜੇ ਇਹ 15 ਤਰੀਕ ਨੂੰ, ਉਹ ਜਦੋਂ ਵਾਪਸ ਆ ਰਹੇ 15/11/2014 ਨੂੰ ਫੜੇ ਹੈ। ਅਤੇ ਇਹ ਸੌਦੇਬਾਜ਼ੀ ਦੀ ਗੱਲ ਚੱਲਦੀ ਰਹੀ ਇਹ ਸਾਰੀ ਰਾਤ, ਜਦੋਂ ਇਹਨਾਂ ਨੇ ਜਵਾਬ ਦਿੱਤਾ ਤਾਂ ਫਿਰ ਨੈਕਸਟ ਡੇ ਇਹਨਾਂ ਨੇ 16/11/2014 ਦਾ 1 PM ਦਾ ਅਤੇ ਇੱਕ ਕੋਈ ਕਾਰ ਆਪਦੇ ਕੋਲ ਟੁੱਟੀ ਭੱਜੀ ਪਾ ਕੇ ਅਤੇ ਇਹਨਾਂ 'ਤੇ ਜਿਹੜਾ ਕਮਰਸ਼ੀਅਲ ਕੁਆਂਟਿਟੀ ਦੀ ਜਿਹੜੀ ਆ ਉਹ ਰਿਸਕ ਆਫ ਦੀਆਂ ਪਾਤੀਆਂ, ਕੁਛ ਦੂਜੇ ਪਾਤੀਆਂ, ਟੇਬਲੈਟਸ ਪਾਤੀਆਂ, ਜਿਹੜੇ ਨਸ਼ੇ ਵਾਲੇ ਸਾਰੇ ਪਾਤੇ। ਐਨੀ ਹੋ ਚਲਾਨ ਪੇਸ਼ ਹੋ ਗਿਆ, ਕੋਰਟ ਦੇ ਵਿੱਚ ਆਇਆ ਅਤੇ ਅਸੀਂ ਉਹ ਜਿਹੜਾ ਮੈਨੇਜਰ ਸੀਗਾ ਸਰਕਾਰੀ ਫੀਸ ਭਰ ਕੇ ਮੈਂ CC ਫੁਟੇਜ ਦੀ ਉਹਨਾਂ ਤੋਂ CD ਬਣਵਾ ਲਈ। ਜਦੋਂ ਫਿਰ ਟ੍ਰਾਇਲ ਚੱਲਿਆ, ਇਹ ਸੁਖਦੇਵ ਸਿੰਘ ਆਇਆ ਅਤੇ ਮੈਂ ਉਹ CD ਫੁਟੇਜ ਚਲਾ ਕੇ ਕੋਰਟ ਤੋਂ ਪਰਮਿਸ਼ਨ ਲੈ ਕੇ ਚਲਾਈ ਕਿ ਸੁਖਦੇਵ ਨੂੰ ਪੁੱਛਿਆ ਵੀ ਆਹ ਫੋਟੋ ਤੇਰੀ ਹੈ, ਉਹ ਯੂਨੀਫਾਰਮ ਮੰਨਿਆ ਮੇਰੀ ਹੈ, ATM 'ਚ ਲੈ ਕੇ ਗਿਆ ਸੀ ਇਹਨਾਂ ਨੂੰ, ਕਹਿੰਦੇ ਲੈ ਕੇ ਗਿਆ ਸੀਗਾ। ਸਾਰੀ ਗੱਲ ਪੁੱਛ ਕੇ ਜਦੋਂ ਕ੍ਰਾਸ ਐਗਜ਼ਾਮੀਨੇਸ਼ਨ 'ਚ ਆ ਗਈ, ਉਹਦੇ 'ਚ ਡੇਟ ਵੀ ਆ ਗਿਆ, ਟਾਈਮ ਵੀ ਆ ਗਿਆ। ਉਸ ਵੇਲੇ ਸ਼੍ਰੀ ਵਰਿੰਦਰ ਅਗਰਵਾਲ ਜੀ ਅਡੀਸ਼ਨਲ ਸੈਸ਼ਨ ਜੱਜ ਸੀ ਜਿਹੜੇ ਕੇਸ ਨੂੰ ਕੰਡਕਟ ਹੋਏ, ਉਹਨਾਂ ਨੇ ਫਿਰ ਕੋਰਟ ਕੁਐਸਚਨ ਕੀਤਾ ਕਿ ਤੂੰ ਜਿਹੜਾ ਕੇਸ ਪਾ ਰਿਹਾ 16 'ਚ ਪਾ ਰਿਹਾ ਅਤੇ ਇਹ ਤੇਰੀ ਫੁਟੇਜ 15, ਇਹਦੇ ਬਾਰੇ ਤੂੰ ਕੋਈ ਐਕਸਪਲੇਨੇਸ਼ਨ ਦੇਣੀ ਹੈ? ਉਹ ਕਹਿੰਦਾ ਜੀ ਕੁਛ ਨਹੀਂ ਦੇਣੀ, ਕਿ ਮੈਂ ਤਾਂ ਬਸ ਗਲਤੀ ਹੋ ਗਈ ਮੇਰੇ ਕੋਲੋਂ ਇਹ ਜਿਹੜੀ ਹੈ।
ਉਸ ਕੇਸ ਦੇ ਵਿੱਚ ਫਿਰ ਜਿਹੜੀ ਹੈ ਹੋਰ ਵੀ ਡਿਫੈਂਸਿਸ ਅਸੀਂ ਪੇਸ਼ ਕੀਤੇ। ਅਲਟੀਮੇਟਲੀ ਓਨਰੇਬਲ ਕੋਰਟ ਨੇ ਸਰਦਾਰ ਕਮਲਜੀਤ ਸਿੰਘ ਨੇ ਉਹਨਾਂ ਨੂੰ ਇਹ ਬਰੀ ਕੀਤਾ ਕਿਉਂਕਿ ਇਹ ਸਾਬਤ ਹੋ ਚੁੱਕਾ ਸੀ ਮੈਥੇਮੈਟੀਕਲੀ ਇਹ ਜਿਹੜਾ ਕੇਸ ਹੈ ਵੀ ਇਹਨਾਂ ਨੇ ਬਣਾਇਆ ਹੈ। ਸੋ ਅੰਤ 'ਚ ਮੈਂ ਕਹਿਣਾ ਚਾਹੁੰਦਾ ਕਿ 4 ਸਾਲ ਇਹ ਗਰੀਬ ਬੰਦਿਆਂ ਨੇ ਬੜੀ ਮੁਸ਼ਕਲ ਨਾਲ, ਅਤੇ ਮੈਨੂੰ ਅਗਰ ਉਹ CD ਫੁਟੇਜ ਹੱਥ ਨਾ ਲੱਗਦੀ ਅਤੇ ਸੁਖਦੇਵ ਨਾ ਐਡਮਿਟ ਕਰਦਾ ਤਾਂ ਬੜਾ ਮੁਸ਼ਕਲ ਸੀ ਕੇਸ ਬਰੀ ਹੋਣਾ, ਕਿਉਂਕਿ ਉਹਨਾਂ ਨੇ ਬੜਾ ਸਖਤ ਕੇਸ ਬਣਾਇਆ ਸੀ। ਸੋ ਇੱਥੋਂ ਇਹ ਹੈ ਕਿ ਜਿਹੜੇ ਨਸ਼ੇ ਪੰਜਾਬ 'ਚੋਂ ਖਤਮ ਨਹੀਂ ਹੋ ਰਹੇ ਉਹਦਾ ਰੀਜ਼ਨ ਇਹ ਹੈ ਕਿ ਇਹਦੇ 'ਚ ਪੁਲਿਸ ਦਾ ਰੋਲ ਕੋਈ ਹੁਣ ਕੁਛ ਠੀਕ ਹੋਦਾ ਜਾ ਰਿਹਾ, ਪਹਿਲਾਂ ਬਹੁਤ ਗਲਤ ਸੀਗਾ, ਇਸ ਕਰਕੇ ਉਹਦੀ ਰੀਜ਼ਨ ਹੀ ਇਹ ਹੈ। ਅਤੇ ਗਰੀਬ ਆਦਮੀਆਂ ਨੂੰ ਅਲਟੀਮੇਟਲੀ ਇਨਸਾਫ ਮਿਲਿਆ, ਇਹੀ ਜਿਹੜਾ ਹੈ ਕਿ ਅਦਾਲਤ ਨੇ ਫਿਰ ਜਦੋਂ ਸਾਰਾ ਦੇਖਿਆ ਕਿ ਕੇਸ ਗਲਤ ਹੈ, ਉਹਨਾਂ ਨੇ ਫਰਜ਼ੀ ਬਣਾਇਆ ਹੋਇਆ ਹੈ, ਤਾਂ ਕੋਰਟ ਕੋਲ ਪਾਵਰ ਹੈ ਕਿ ਇਹਨਾਂ ਨੂੰ ਬਰੀ ਕਰ ਦੇਵੇ ਜਿਹੜੇ ਜਿਨ੍ਹਾਂ ਨੇ ਗੁਨਾਹ ਕੀਤਾ, ਫਰਜ਼ੀ ਕੇਸ ਬਣਾਇਆ, ਫਰਜ਼ੀ ਡਾਕੂਮੈਂਟ ਤਿਆਰ ਕੀਤੀ ਹੈ, ਉਹਨਾਂ ਦੇ ਅਗੇਂਸਟ ਉਹਨਾਂ ਨੇ ਜੱਜਮੈਂਟ ਦੇ ਵਿੱਚ ਲਿਖਿਆ ਕਿ ਪਰਚਾ ਦਰਜ ਕੀਤਾ ਜਾਵੇ। ਅਤੇ ਮੈਨੂੰ ਪਤਾ ਲੱਗਿਆ ਕਿ ਉਹਦੇ ਬੇਸ 'ਤੇ ਮਾਣਯੋਗ ਜੱਜ ਸਾਹਿਬ ਦੇ ਆਰਡਰ ਦੇ ਮੁਤਾਬਕ ਸਿਟੀ ਮੁਕਤਸਰ ਦੇ ਵਿੱਚ ਉਹਨਾਂ ਦੇ ਖਿਲਾਫ਼ ਪਰਚਾ ਦਰਜ ਹੋ ਗਿਆ, ਸਦਰ ਥਾਣਾ ਸਦਰ ਦੇ ਵਿੱਚ ਉਹ ਪਰਚਾ ਜਿਹੜਾ ਦਰਜ ਹੋ ਚੁੱਕਿਆ ਉਹਨਾਂ ਦੇ ਖਿਲਾਫ਼। 2014 ਦੇ ਵਿੱਚ ਕੀ ਸੀ ਜੀ, ਵੀ ਆਮ ਆਦਮੀ ਹੈ ਤਾਂ ਅਸੀਂ ਟਿਸ਼ੂ ਪੇਪਰ ਦੇ ਕੰਮ ਦੇ ਸੰਬੰਧ ਵਿੱਚ ਅਬੋਹਰੋਂ ਮਾਰਕੀਟਿੰਗ ਕਰਦੇ ਹੋਏ ਸੰਘਰੀਆ ਵੱਲੋਂ ਵਾਪਸ ਆ ਰਹੇ ਸੀ ਮੁਕਤਸਰ। ਰਸਤੇ ਵਿੱਚ ਸੁਖਦੇਵ ਸਿੰਘ ਔਰ ਇੱਕ ਹੋਰ ਨਾਲ ਹੋਮਗਾਰਡ ਵਾਲਾ, ਇਹ ਨਾਕਾ ਲਗਾ ਕੇ ਖੜ੍ਹੇ ਸੀ, ਮੋਟਰਸਾਈਕਲ 'ਤੇ ਆ ਰਹੇ ਸੀ। ਇਹਨਾਂ ਨੇ ਰੋਕਿਆ, ਕਾਪੀ ਔਰ ਲਾਇਸੈਂਸ ਵਗੈਰਾ ਚੈੱਕ ਕਰਨ ਦੇ ਬਹਾਨੇ, ਪਰ ਮੋਟਰਸਾਈਕਲ ਦੇ ਕਾਗਜ਼ ਨਾ ਹੋਣ ਕਰਕੇ ਇਹਨਾਂ ਨੇ ਕੀ ਕੀਤਾ, ਅਸੀਂ ਸਾਡੇ ਕੋਲ ਨਜਾਇਜ਼ ਪੈਸਿਆਂ ਦੀ ਮੰਗ ਕੀਤੀ, ਇਹ ਦਬਕਾ ਦੇ ਕੇ ਵੀ ਤੁਹਾਡੇ 'ਤੇ ਝੂਠਾ ਪਰਚਾ ਦਰਜ ਕਰਾ। ਅਤੇ ਮੇਰੀ ਜੇਬ 'ਚੋਂ ਤਕਰੀਬਨ 3,000 ਰੁਪਏ ਸਨ, ਮੈਂ ਉਹ ਦਿੱਤੇ। ਅਤੇ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਜੇਬ 'ਚ ਦੇਖਿਆ ਵੀ ATM ਹੈ, ਤਾਂ ਮੈਨੂੰ ATM 'ਤੇ ਲੈ ਗਏ, ਉੱਥੇ ਜਾ ਕੇ ਵੀ ਇਹਨਾਂ ਨੇ ਉੱਥੋਂ ਪੈਸੇ ਕਢਵਾਏ। ਅਤੇ ਫਿਰ ਵੀ ਥਾਣੇ 'ਚ ਜਾ ਕੇ ਇਹਨਾਂ ਨੇ ਮੇਰੇ 'ਤੇ ਪਰਚਾ ਦਰਜ ਕਰ ਦਿੱਤਾ। ਜਦੋਂ ਇਹਨਾਂ ਨੇ ਮੇਰੇ 'ਤੇ ਡਰੱਗਸ ਵਗੈਰਾ ਜਿਵੇਂ ਸ਼ੀਸ਼ੀਆਂ ਟਾਈਪ ਔਰ ਇਸ ਤਰ੍ਹਾਂ ਦੇ ਗੋਲੀਆਂ ਵਗੈਰਾ ਮੇਰੇ 'ਤੇ ਪਾਤੀਆਂ, ਘਰਦਿਆਂ ਨੇ ਬੜੀ ਕੋਸ਼ਿਸ਼ ਕੀਤੀ ਇਹਨਾਂ ਨਾਲ ਗੱਲ ਕਰਨ ਦੀ, ਪਰ ਇਹ ਪੈਸਿਆਂ ਦੇ ਲਾਲਚ 'ਚ ਨਹੀਂ ਮਿਲੇ। ਨਹੀਂ, ਐਕਚੁਲੀ ਕੀ ਹੈ ਵੀ 1,00,000 ਰੁਪਏ ਦੇ ਆਸ ਪਾਸ ਮੰਗ ਰਹੇ ਸੀ, ਪਰ ਮੈਨੂੰ ਇਹ ਨਹੀਂ ਪਤਾ ਵੀ ਹਾਂ ਬਾਹਰ ਕੀ ਡਿਮਾਂਡ ਕਰ ਰਹੇ ਸੀ, ਕਿਸ ਤਰ੍ਹਾਂ ਕਰ ਰਹੇ ਸੀ, ਉਹ ਵੀ ਮੈਨੂੰ ਇਹਨਾਂ ਨੇ ਅੰਦਰ ਕਰ ਰੱਖਿਆ ਸੀ। ਇਹਨਾਂ ਨੇ ਜੀ ਸਾਰੀ ਜ਼ਿੰਦਗੀ ਹੀ ਉਲਟ ਪੁਲਟ ਕਰਕੇ ਰੱਖਤੀ। 6 ਮਹੀਨੇ ਤਾਂ ਮੈਨੂੰ ਇਹਨਾਂ ਦੇ ਇਸ ਪਰਚੇ ਕਾਰਨ ਅੰਦਰ ਲਗਾਉਣੇ ਪਏ, ਪਲੱਸ ਉਸ ਤੋਂ ਬਾਅਦ ਵੀ 4 ਸਾਲ ਮੈਂ ਕਿਸ ਤਰ੍ਹਾਂ ਇਸ ਚੀਜ਼ ਨੂੰ ਭੁਗਤਿਆ, ਮੇਰੀ ਜ਼ਿੰਦਗੀ 'ਚ ਕਿਸ ਤਰ੍ਹਾਂ ਉਤਾਰ ਚੜ੍ਹਾਇਆ, ਜਿਹੜੇ ਮੈਂ ਦੱਸ ਨਹੀਂ ਸਕਦਾ। ਪਰ ਹੁਣ ਮੈਨੂੰ ਸ਼ੁਕਰ ਹੈ ਵੀ ਮੇਰੇ ਘਰਦਿਆਂ ਨੇ ਸਰਦਾਰ ਬਾਊ ਸਿੰਘ ਸਿੱਧੂ ਜੀ ਵਕੀਲ ਨੂੰ ਕੀਤਾ, ਉਹਨਾਂ ਨੇ ਆਪਦੀ ਮਿਹਨਤ ਸਦਕਾ ਆਪਦੇ ਤਰੀਕੇ ਦੇ ਨਾਲ ਮੈਨੂੰ ਇਸ 'ਚੋਂ ਬਾਇੱਜ਼ਤ ਬਰੀ ਕਰਵਾਇਆ। ਅਤੇ ਹੁਣ ਮਾਣਯੋਗ ਅਦਾਲਤ ਦਾ ਵੀ ਮੈਂ ਬਹੁਤ ਧੰਨਵਾਦੀ ਹਾਂ ਵੀ ਉਹਨਾਂ ਨੇ ਗੁਨਾਹਗਾਰਾਂ ਦੇ ਉੱਪਰ ਪਰਚਾ ਦਰਜ ਕਰਕੇ ਜਿਹੜਾ ਸਾਨੂੰ ਦੋਨਾਂ ਨੂੰ ਸਾਨੂੰ ਬਾਇੱਜ਼ਤ ਬਰੀ ਕੀਤਾ। ਨਹੀਂ, ਮੇਰੇ ਨਾਲ ਇੱਕ ਮੇਰਾ ਹੋਰ ਦੋਸਤ ਗੁਰਵਿੰਦਰ ਸਿੰਘ ਉਸ ਵੇਲੇ ਮੇਰੇ ਨਾਲ ਸੀ, ਤਾਂ ਉਹ ਬਹੁਤ ਸ਼ੁਕਰ ਗੁਜ਼ਾਰ ਰਿਹਾ ਸੀ ਮਾਣਯੋਗ ਅਦਾਲਤ ਦੇ ਅਤੇ ਸਰਦਾਰ ਬਾਊ ਸਿੰਘ ਸਿੱਧੂ ਜਿਹੜੇ ਸਾਡੇ ਵਕੀਲ ਸਨ ਉਹਨਾਂ ਦੀ ਮਿਹਨਤ ਦੇ ਸਦਕੇ ਅਸੀਂ ਦੁਬਾਰਾ ਆਪਦੀ ਜ਼ਿੰਦਗੀ ਜੀ ਸਕਦੇ ਹਾਂ। ਧੰਨਵਾਦ।